ਜੱਸੀ ਜਸਰਾਜ ਬਹੁਤ ਧਮਕੀਆਂ ਦੇ ਰਹੇ ਨੇ ਭਗਵੰਤ ਮਾਨ ਤੇ ਇਹੋ ਜਿਹੀ ਸ਼ਬਦਾਵਲੀ। ਉਹ ਤਾਂ ਮੈਂਟਲ ਕੇਸ ਹੈ, ਜੱਸੀ ਜਸਰਾਜ ਦਾ ਬੇਵਕੂਫ ਵਾਲੀਆਂ ਗੱਲਾਂ ਨੇ ਜੀ। ਆਰਟਿਸਟ ਬੰਦਾ ਮੈਂ ਉਹਨੂੰ ਜਾਣਦਾ ਜਦੋਂ ਬੰਬੇ ਹੁੰਦਾ ਸੀ ਨਾ ਜੀ, ਮੈਨੂੰ ਯਾਦ ਆ ਮਿੱਕਾ ਸਿੰਘ ਮੇਰਾ ਬੜਾ ਅੱਛਾ ਮਿੱਤਰ ਹੈ ਜੀ। ਚਾਰ ਬੰਗਲਾ ਰੋਡ ਤੇ ਮੈਂ ਤੇ ਮਿੱਕਾ ਸਿੰਘ ਅਸੀਂ ਗੱਡੀ ਜਾ ਰਹੇ ਸੀ, ਉੱਥੇ ਚਾਰ ਬੰਗਲਾ ਦੇ ਉੱਤੇ ਪੱਗ ਬੰਨ ਕੇ ਭਗਤ ਸਿੰਘ ਜੀ ਉੱਥੇ ਖੜਾ ਸੀ। ਠੀਕ ਹੈ ਜੀ, ਅਸੀਂ ਕਿਹਾ ਵੀ ਕੀ ਹੈ, ਕਹਿੰਦਾ ਜੀ ਮੈਂ ਇਹਨਾਂ ਨੂੰ ਦੱਸਣਾ ਚਾਹੁੰਦਾ ਵੀ ਭਗਤ ਸਿੰਘ ਹੋਰਾਂ ਨੇ ਕੁਰਬਾਨੀ ਦਿੱਤੀ। ਠੀਕ ਹੈ ਜੀ, ਮੈਂ ਕਿਹਾ ਵੀ ਦੱਸਣਾ ਤੁਸੀਂ ਚਾਹੁੰਦੇ ਹੋ ਕਿ ਭਗਤ ਸਿੰਘ ਹੋਰਾਂ ਦੀ ਬੜੀ ਅੱਛੀ ਗੱਲ ਆ, ਪਰ ਇਹ ਪਲੇਟਫਾਰਮ ਥੋੜ੍ਹਾ ਵੀ ਚੌਂਕ ਦੇ ਵਿੱਚ ਤੁਸੀਂ ਖੜ ਕੇ ਤੁਸੀਂ ਗੱਡੀਆਂ ਦਾ ਧੂਹਾਂ ਹੈ ਨਾ, ਉੱਥੇ ਤੁਸੀਂ ਵਿੱਚ ਖੜ ਕੇ ਤੁਸੀਂ ਕੀ ਸਾਬਤ ਕਰਨਾ ਚਾਹੁੰਦੇ, ਉਹਦੇ ਲਈ ਇੱਕ ਪਲੇਟਫਾਰਮ ਤਿਆਰ ਕਰੋ। ਫਿਰ ਕਹਿੰਦੇ ਜੀ ਮੇਰੀ ਮਦਦ ਕਰੋ ਜੀ, ਮੈਂ ਦਾਲ ਰੋਟੀ ਦੀ ਸਕੀਮ ਸ਼ੁਰੂ ਕਰਨੀ ਹੈ ਜੀ, ਮੈਂ ਗਰੀਬਾਂ ਨੂੰ ਦਾਲ ਅਤੇ ਰੋਟੀ ਖਵਾਇਆ ਕਰਨੀ ਹੈ ਜੀ। ਉਹ ਕਈਆਂ ਤੋਂ ਪੈਸੇ ਪੂਸੇ ਲੈ ਕੇ ਖਾ ਪੀ ਗਿਆ ਜੀ, ਦਾਲ ਰੋਟੀ ਸਕੀਮ ਵਿੱਚ ਹੀ ਰਹਿ ਰੁਕੇ, ਇੱਦਾਂ ਦੇ ਕੋਨਸੈਪਟ ਹੈ ਜੀ। ਫਿਰ ਉਹਨਾਂ ਦਾ ਪਹਿਲਾ ਗਾਣਾ ਜਿਹੜਾ ਆਇਆ ਜੀ 2.5 ਲੱਖ ਦਾ, ਬੜਾ ਹਿੱਟ ਹੋਇਆ ਕਰਨ ਜਸਵੀਰ ਦੇ ਨਾਂ 'ਤੇ। ਉਸ ਤੋਂ ਬਾਅਦ ਕਈ ਗਾਣੇ ਆਏ ਉਹ ਚੱਲੇ ਜੀ। ਫਿਰ ਇਹ ਕਿਸੇ ਬਾਬੇ ਕੋਲ ਗਿਆ ਜੀ ਕਿ ਜੀ ਮੇਰੇ ਗਾਣੇ ਚੱਲ ਰਹੇ, ਬਾਬਾ ਕਹਿੰਦਾ ਆਪਦਾ ਨਾਂ ਚੇਂਜ ਕਰੋ। ਫਿਰ ਜਿਹੜਾ ਹੁਣ ਜੱਸੀ ਜਸਰਾਜ ਨਾਂ ਰੱਖਿਆ ਨਾ ਜੀ, ਇਹ ਕਿਸੇ ਬਾਬੇ ਨੇ ਰੱਖਿਆ ਜੀ, ਇਹ ਕਿਸੇ ਕਰਨ ਜਸਵੀਰ ਤੋਂ ਜੱਸੀ ਜਸਰਾਜ ਬਣ ਗਿਆ, ਜਿਹਨੂੰ ਬੰਦੇ ਨੂੰ ਆਪਦੇ ਨਾਂ 'ਤੇ ਭਰੋਸਾ ਨਹੀਂ ਜੀ, ਉਹ ਗੱਲਾਂ ਮਾਰਦਾ ਜੀ ਚੱਕੇ ਪਾਵਾ। ਠੀਕ ਹੈ ਨਾ ਜੀ, ਇਹ ਸਾਰੀਆਂ ਮੇਰੇ 'ਤੇ ਵੀ ਬੜਾ, ਜਦੋਂ ਮੈਨੂੰ ਟਿਕਟ ਮਿਲੀ ਆ ਜੀ, ਟਿਕਟ ਗਲਤ ਦੇ ਦਿੱਤੀ ਜੀ, ਦੇ ਮਾਨ ਨੂੰ ਐਂ ਹੋ ਗਿਆ ਜੀ, ਐਂ ਹੋ ਗਿਆ। ਇਹਨਾਂ ਲੋਕਾਂ ਦਾ ਕੋਈ ਦੀਨ ਮਾਨ ਨਹੀਂ ਜੀ, ਨਾ ਇਹ ਚੰਗੇ ਕਲਾਕਾਰ ਹੀ ਬਣ ਸਕੇ ਆ, ਨਾ ਇਹ ਚੰਗੇ ਸਮਾਜ ਸੇਵੀ ਬਣ ਸਕੇ, ਨਾ ਇਹ ਚੰਗੇ ਪੋਲੀਟੀਸ਼ਨ ਆ। ਇਹ ਤਾਂ ਸਿਰਫ ਬਠਿੰਡੇ ਦੇ ਵਿੱਚ ਮੈਂ ਕਹਿੰਦਾ ਇਹ ਗੱਲ ਔਨ ਰਿਕਾਰਡ, 2014 ਦੇ ਵਿੱਚ ਜਦੋਂ ਇਲੈਕਸ਼ਨ ਸੀਗੇ ਬਠਿੰਡੇ ਦੇ ਵਿੱਚ, ਜਿੰਨਾ ਜੱਸੀ ਜਸਰਾਜ ਦਾ ਖਰਚਾ ਇਹ ਸਾਰਾ, ਠੀਕ ਹੈ ਨਾ ਜੀ, ਉਹ ਅਕਾਲੀ ਦਲ ਵਾਲੇ ਪੇ ਕਰਦੇ ਸੀ। ਇਹ ਸਿਰਫ ਡੰਮੀ ਕੈਂਡੀਡੇਟ ਸੀਗਾ, ਔਰ ਹੁਣ ਵੀ ਡੰਮੀ ਕੈਂਡੀਡੇਟ ਹੈ ਸੰਗਰੂਰ ਦੇ ਵਿੱਚ। ਇਹ ਸਿਰਫ ਹਾਂਜੀ, ਠੀਕ ਹੈ ਜੀ, ਸਾਰੀ ਫੈਮਿਲੀ ਕੈਨੇਡਾ ਸੈਟਲਡ ਹੈ ਜੀ, ਔਰ ਗੱਲ ਕਰਦੇ ਆ ਪੰਜਾਬ ਨੂੰ ਬਚਾਉਣ ਦੀ। ਠੀਕ ਹੈ ਜੀ, ਜ਼ਿਆਦਾ ਛੱਡ ਨਾ ਪੀ ਆਰ, ਦੇ ਮਨ ਬੈਠਾ ਦੇਖੋ 4 ਸਾਲ ਤੋਂ ਜੀ, ਸਾਰਾ ਕੰਮ ਕਰ, ਸਾਰਾ ਕੁਝ ਛੱਡ ਕੇ ਆਪਦਾ ਕਾਰੋਬਾਰ ਛੱਡ ਕੇ ਬੈਠੇ ਜੀ। 2 ਮਹੀਨੇ ਬਾਅਦ ਤਾਂ ਜਾ ਕੇ ਉੱਥੇ ਜੀ ਵਿਨੀਪੈਗ ਬਹਿ ਜਾਂਦਾ ਜੀ, ਉੱਥੇ ਜਾ ਕੇ ਫਿਰ ਫੇਸਬੁੱਕ 'ਤੇ ਲਾਈਵ ਹੋ ਕੇ ਵੱਡੇ ਵੱਡੇ ਭਾਸ਼ਣ, ਇੱਦਾਂ ਥੋੜ੍ਹਾ ਕੰਮ ਚੱਲਦਾ ਜੀ। ਲੋਕਾਂ ਦੇ ਵਿੱਚ ਤੁਸੀਂ ਜਦੋਂ ਵਿਚਰਦੇ ਹੋ ਤਾਂ ਲੋਕਾਂ ਦੇ ਵਿੱਚ ਤੁਸੀਂ ਜਿਹੜੀਆਂ ਲੋਕਾਂ ਦੀਆਂ ਸਮੱਸਿਆਵਾਂ ਨੇ ਨਾ ਜੀ, ਲੋਕਾਂ ਦੀਆਂ ਸਮੱਸਿਆਵਾਂ ਦੇ ਵਿੱਚ ਨਾਲ ਖੜੋ, ਦੁੱਖ ਸੁੱਖ ਦੇ ਵਿੱਚ ਨਾਲ ਖੜੋ, ਤੁਸੀਂ ਲੋਕਾਂ ਦੀ ਆਵਾਜ਼ ਬਣੋ। ਤੁਸੀਂ ਮੈਨੂੰ ਦਿਖਾਓ ਜੀ ਕਿਹੜੇ ਇਸ਼ੂ ਲਈ ਇਹਨਾਂ ਨੇ ਅੱਜ ਤੱਕ ਧਰਨਾ ਲਾਇਆ, ਕਿਹੜੇ ਇਸ਼ੂ ਪੰਜਾਬ ਦੇ ਵਿੱਚ ਇੰਨੇ ਇਸ਼ੂ ਨੇ ਜੱਸੀ ਜਸਰਾਜ ਕਿਤੇ ਨਜ਼ਰ ਆਏ। ਇਹ ਸਿਰਫ ਬਰਸਾਤੀ ਡੱਡੂ ਨੇ ਜੀ, ਇਹ ਬਰਸਾਤ ਦੇ ਵਿੱਚ ਨਿਕਲਦੇ ਆ। 19 ਦੀ ਇਲੈਕਸ਼ਨ ਤੋਂ ਬਾਅਦ 23 ਮਈ ਤੋਂ ਬਾਅਦ ਇਹਨੇ ਟਿਕਟ ਕਰਾਉਣੀ ਹੈ ਜੀ ਕੈਨੇਡਾ ਜਾ ਕੇ ਬਹਿ ਜਾਣਾ, ਮੁੜ ਕੇ 6 ਮਹੀਨੇ ਬਾਅਦ ਫਿਰ ਵੀਡੀਓ 'ਚ ਪਾ ਕੇ ਪਾਵਾ ਜਿਹਾ ਰੱਖ ਕੇ ਫਿਰ ਕਹੂੰਗਾ ਜੀ ਮੇਰੇ ਅੰਦਰ ਕ੍ਰਾਂਤੀ ਵਾਲੇ ਮਾਰ ਵੀ ਹੁਣ ਮੈਂ ਆਹ ਕਰਨਾ ਜੀ। ਬਸ ਇੰਨੀ ਕੁ ਕਹਾਣੀ ਹੈ ਜੀ, ਹੋਰ ਕੁਛ ਵੀ ਨਹੀਂ।